ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦਿਗਪਾਲ। ਪੰਜਾਬ ਦੇ ਵਿੱਚ ਸਕੂਲ ਆਫ ਐਮੀਨੈਂਸ ਦਾ ਜਿਹੜਾ ਕਿ ਵਾਅਦਾ ਸੀਗਾ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਸੀ ਕਿ ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਜਿਹੜੇ ਕਿ ਸਕੂਲ ਨੇ ਸਕੂਲ ਆਫ ਐਮੀਨੈਂਸ ਦਿੱਤੇ ਜਾਣਗੇ, ਤਾਂ ਉਹ ਵਾਅਦਾ ਜਿਹੜਾ ਕਿ ਸਿੱਖਿਆ ਕ੍ਰਾਂਤੀ ਦਾ ਲਿਆਂਦਾ ਸੀ ਉਹ ਵਾਅਦਾ ਅੱਜ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ। ਤਾਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਕੂਲ ਆਫ ਐਮੀਨੈਂਸ ਦੀ ਬਿਲਡਿੰਗ ਦੀਆਂ, ਸਰਕਾਰੀ ਸਕੂਲ ਦੀ ਬਿਲਡਿੰਗ ਹੈ। ਤਸਵੀਰਾਂ ਦੇਖ ਕੇ ਤੁਸੀਂ ਆਈਡੀਆ ਲਗਾ ਲਓ ਕਿ ਹੁਣ ਸਰਕਾਰੀ ਸਕੂਲਾਂ ਦੀ ਨੁਹਾਰ ਅਲੱਖ ਸਿੱਖਿਆ ਦਾ ਜਗੇ। ਹਰ ਬੱਚਾ ਸਕੂਲ ਚੱਲੇ, ਹੋਵੇ ਸਵੇਰਾ ਮਿਟੇ ਹਨੇਰਾ, ਇੱਕ ਨਵਾਂ ਅਭਿਆਨ ਹੈ, ਇੱਕ ਨਵਾਂ ਅਭਿਆਨ ਸਕੂਲ ਮੇਰਾ। ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ। ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ। ਬਿਹਤਰ ਅਨੁਭਵ, ਵਿਦਿਆ ਮਿਆਰੀ, ਮਾਨ ਪੰਜਾਬ ਦਾ ਸਕੂਲ ਸਰਕਾਰੀ। ਜਿਹੜੀ ਕਿਸ ਤਰੀਕੇ ਦੇ ਨਾਲ ਬਦਲਦੀ ਹੋਈ ਨਜ਼ਰ ਆ ਰਹੀ ਹੈ, ਤਾਂ ਦੂਜੇ ਪਾਸੇ ਇਸਦੇ ਨਾਲ ਇੱਕ ਪ੍ਰਾਈਵੇਟ ਸਕੂਲ ਹੈ ਜਿੱਥੇ ਮਾਂ ਬਾਪ ਕੋਲੋਂ ਫੀਸਾਂ ਦੇ ਨਾਮ 'ਤੇ ਮੋਟੀ ਜਿਹੜੀ ਕਿ ਲੁੱਟ ਖਸੁੱਟ ਉਹ ਕੀਤੀ ਜਾਂਦੀ ਹੈ। ਉਹ ਬਿਲਡਿੰਗ ਦਾ ਤਸਵੀਰਾਂ ਵੀ ਦੇਖ ਲਓ, ਤਾਂ ਸਰਕਾਰੀ ਸਕੂਲ ਦੀ ਬਿਲਡਿੰਗ ਦੀ ਵੀ ਤਸਵੀਰਾਂ ਦੇਖ ਲਓ। ਹੁਣ ਫਰਕ ਤੁਸੀਂ ਆਪ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੀ ਤਸਵੀਰ ਉਹ ਕਿਸ ਤਰ੍ਹਾਂ ਦੇ ਨਾਲ ਬਦਲਦੀ ਹੋਈ ਨਜ਼ਰ ਆ ਰਹੀ ਹੈ। ਤੁਸੀਂ ਆਪਣੇ ਬੱਚੇ ਹੁਣ ਸਰਕਾਰੀ ਸਕੂਲ 'ਚ ਪੜ੍ਹਾਉਣਾ ਚਾਹੋਗੇ ਜਾਂ ਫਿਰ ਪ੍ਰਾਈਵੇਟ ਸਕੂਲਾਂ ਦੇ ਵਿੱਚ, ਤਾਂ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਨੇ ਹਲਕਾ ਪੂਰਵੀ ਦੇ ਵਿੱਚ ਸਕੂਲ ਪੈਂਦਾ, ਗਰੇਵਾਲ ਸਾਹਿਬ ਸਵਾਗਤ। ਬਹੁਤ ਬਹੁਤ ਧੰਨਵਾਦ ਜੀ। ਗਰੇਵਾਲ ਸਾਹਿਬ, ਕਿਵੇਂ ਦੇਖਦੇ ਹੋ ਸਰਕਾਰੀ ਸਕੂਲਾਂ ਦੀ ਨੁਹਾਰ ਹੈ ਜਿਹੜੀ ਕਿ ਬਦਲਦੀ ਹੋਈ ਨਜ਼ਰ ਆ ਰਹੀ ਹੈ? ਇਹ ਜਿਹੀਆਂ ਤਸਵੀਰਾਂ ਇੰਟਰਨੈਸ਼ਨਲ ਸਕੂਲ ਦੀਆਂ ਦੇਖਣ ਨੂੰ ਮਿਲਦੀਆਂ ਨੇ ਜੋ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨਜ਼ਰ ਆ ਰਹੀਆਂ ਨੇ। ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਵਾਂ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਦਾ, ਜਿਨ੍ਹਾਂ ਨੇ ਮੈਨੂੰ ਇਹ ਸੇਵਾ ਦਿੱਤੀ, ਮੌਕਾ ਦਿੱਤਾ, ਅਤੇ ਧੰਨਵਾਦ ਕਰਦਾ ਸਾਡੇ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ, CM ਦਿੱਲੀ, ਅਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ, ਔਰ ਸਾਡੇ ਸਿੱਖਿਆ ਮੰਤਰੀ ਸਰਜੋਤ ਸਿੰਘ ਬੈਂਸ ਜੀ ਦਾ, ਔਰ ਜਿਨ੍ਹਾਂ ਨੇ ਅੱਜ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ। ਅੱਜ ਪੂਰੇ ਪੰਜਾਬ ਦੇ ਵਿੱਚ 13 ਸਕੂਲਾਂ ਦਾ ਉਦਘਾਟਨ ਹੋਇਆ, ਜਿਹੜਾ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਅੱਜ ਬਹੁਤ ਸੁੰਦਰ ਸਕੂਲ ਬਣ ਕੇ ਜਿਹੜਾ 2 ਸਾਲ ਦੇ ਵਿੱਚ ਤਿਆਰ ਹੋਇਆ, ਅਤੇ ਇਹਦੀ ਸ਼ੁਰੂਆਤ ਹੋਈ ਆ। ਅਤੇ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਦਾ ਮਿਸ਼ਨ ਕੀ ਹੈ, ਮਿਸ਼ਨ ਇੱਕੋ ਹੀ ਆ ਵੀ ਦਵਾਈ, ਪੜ੍ਹਾਈ ਅਤੇ ਰੁਜ਼ਗਾਰ, ਅਤੇ ਉਹਦੇ ਤਹਿਤ ਜੇ ਸਾਡਾ ਮਤਲਬ ਕਿ ਬੱਚਾ ਪੜ੍ਹਿਆ ਲਿਖਿਆ ਹੋਊਗਾ ਅਤੇ ਉਹਦਾ ਪਰਿਵਾਰ ਵੀ ਤਰੱਕੀ ਕਰੂਗਾ ਅਤੇ ਉਹਦਾ ਸਮਾਜ ਵੀ ਤਰੱਕੀ ਕਰੂ, ਸਾਡਾ ਮਤਲਬ ਕਿ ਸਟੇਟ ਵੀ ਤਰੱਕੀ ਕਰੂ। ਉਸ ਤਹਿਤ ਆਮ ਆਦਮੀ ਪਾਰਟੀ ਦੀ ਜਿਹੜੀ ਮਤਲਬ ਕਿ ਮਿਸ਼ਨ ਆ, ਉਸ ਤਹਿਤ ਅੱਜ ਸਕੂਲ ਬਣ ਰਹੇ ਨੇ। ਇਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ, ਇੱਕ ਟਿੱਬਾ ਰੋਡ 'ਤੇ ਸਮਝ ਲਓ 2 ਮਹੀਨੇ ਤੱਕ ਉਹ ਵੀ ਤਿਆਰ ਹੋ ਰਿਹਾ ਵਾ। ਇਸ ਤੋਂ ਇਲਾਵਾ ਤਾਜਪੁਰ ਰੋਡ 'ਤੇ ਇੱਕ ਉਹ ਵੀ ਸ਼ੁਰੂ ਹੋ ਗਿਆ, ਕੰਮ ਸ਼ੁਰੂ ਹੋ ਗਿਆ ਅਤੇ ਨੀਂਹ ਰੱਖੀ ਗਈ ਆ ਅਤੇ ਉਹ ਵੀ। ਇਸ ਤੋਂ ਇਲਾਵਾ ਕਹਿਣ ਦਾ ਮਤਲਬ ਵੀ ਇਹ ਵਿਧਾਨ ਸਭਾ ਹਲਕਾ ਪੂਰਬੀ ਜਿਹੜਾ 80% ਆਬਾਦੀ ਜਿਹੜੀ ਮਤਲਬ ਕਿ ਮਿਹਨਤਕਸ਼ ਲੋਕ ਰਹਿੰਦੇ ਨੇ, ਲੇਬਰ ਏਰੀਆ ਵਾ, ਇੱਥੇ ਬਹੁਤ ਵੱਡੀ ਜ਼ਰੂਰਤ ਸੀ, ਅੱਜ ਉਹ ਜ਼ਰੂਰਤ ਪੂਰੀ ਹੋਈ ਆ। ਜਿਸ ਉਮੀਦ ਨਾਲ ਲੋਕਾਂ ਨੇ ਵੋਟ ਪਾਈ ਸੀਗੀ ਆਮ ਆਦਮੀ ਪਾਰਟੀ ਨੂੰ, ਅੱਜ ਉਹ ਉਮੀਦਾਂ ਪੂਰੀਆਂ ਹੋ ਰਹੀਆਂ ਨੇ। ਗਰੇਵਾਲ ਸਾਹਿਬ, ਪਹਿਲਾਂ ਸਰਕਾਰੀ ਸਕੂਲਾਂ ਦੇ ਵਿੱਚ ਦੇਖਣ ਨੂੰ ਮਿਲਦਾ ਸੀ ਕਿ ਪ੍ਰਿੰਸੀਪਲ ਕਹਿੰਦੇ ਹੋਏ ਨਜ਼ਰ ਆਉਂਦੇ ਸੀ, ਹੈੱਡ ਮਾਸਟਰ ਕਹਿੰਦੇ ਹੋਏ ਨਜ਼ਰ ਆਉਂਦੇ ਸੀ, ਵੀ ਅਸੀਂ ਸਰਕਾਰ ਨੂੰ ਅਪਰੂਵਲ ਪਾਈ ਹੈ ਜੀ, ਸਾਨੂੰ ਬੈਂਚ ਚਾਹੀਦੇ ਬੱਚਿਆਂ ਦੇ ਬੈਠਣ ਵਾਸਤੇ, ਬਲੈਕ ਬੋਰਡ ਵਾਸਤੇ ਫੰਡ ਚਾਹੀਦਾ, ਬਿਲਡਿੰਗ ਵਾਸਤੇ ਫੰਡ ਚਾਹੀਦਾ, ਫੰਡ ਨਹੀਂ ਸੀ ਮਿਲਦੇ। ਹੁਣ ਐਡੀ ਸੋਹਣੀ ਬਿਲਡਿੰਗ ਤਿਆਰ ਹੋ ਗਈ ਹੈ, ਹੁਣ ਇਹਨੂੰ ਮੇਨਟੇਨ ਕਿੱਦਾਂ ਰੱਖਿਆ ਜਾਏਗਾ? ਲੋਕਾਂ ਦੇ ਪੈਸਿਆਂ ਨਾਲ, ਕਿਉਂਕਿ ਇਹ ਜਿਹੜਾ ਸਕੂਲ ਬਣਿਆ ਵਾ ਇਹ ਲੋਕਾਂ ਦੇ ਟੈਕਸਾਂ ਨਾਲ ਬਣਿਆ ਵਾ, ਲੋਕਾਂ ਦੇ ਟੈਕਸਾਂ ਦੇ ਪੈਸੇ 'ਚੋਂ ਬਣਿਆ ਵਾ। ਅਤੇ ਲੋਕ ਪਹਿਲਾਂ ਵੀ ਟੈਕਸ ਦਿੰਦੇ ਸੀਗੇ, ਪਹਿਲਾਂ ਕੀ ਹੁੰਦਾ ਜਦੋਂ ਟੈਕਸ ਦਿੰਦੇ ਸੀ ਲੋਕ ਸਵੇਰ ਤੋਂ ਸ਼ਾਮ ਤੱਕ ਜਿਹੜੀ ਚੀਜ਼ ਖਾਂਦੇ ਹਰੇਕ 'ਤੇ ਟੈਕਸ ਦਿੰਦੇ ਸੀਗੇ, ਜਦੋਂ ਵਾਪਸ ਆਉਂਦੇ ਸੀ ਅੱਧੇ ਜਿਹੜੇ ਉਹ ਟੈਕਸਾਂ ਦੇ ਪੈਸੇ ਮਤਲਬ ਕਿ ਲੀਡਰਾਂ ਦੀ ਜੇਬ ਚਲੇ ਜਾਂਦੇ ਸੀਗੇ, ਅਫਸਰਾਂ ਦੀ ਜੇਲ੍ਹ ਚਲੇ ਜਾਂਦੇ ਸੀ, ਅੱਜ ਉਹ ਪੂਰੇ ਦਾ ਪੂਰਾ ਪੈਸਾ ਮਤਲਬ ਕਿ ਲੋਕਾਂ ਵਾਸਤੇ ਆ ਰਿਹਾ, ਸੜਕਾਂ ਵਾਸਤੇ ਆ ਰਿਹਾ, ਸੀਵਰੇਜ ਵਾਸਤੇ ਆ ਰਿਹਾ, ਵਾਟਰ ਸਪਲਾਈ ਵਾਸਤੇ ਆ ਰਿਹਾ, ਸਕੂਲਾਂ ਦੀ ਮੇਨਟੇਨੈਂਸ ਵਾਸਤੇ। ਔਰ ਪਹਿਲੀ ਵਾਰੀ ਹੈ ਤੁਸੀਂ ਦੇਖਿਆ ਹੋਣਾ ਵੀ ਤੁਸੀਂ ਸਕੂਲਾਂ 'ਤੇ ਜਾ ਕੇ ਪ੍ਰਿੰਸੀਪਲ ਨੂੰ, ਟੀਚਰਾਂ ਨੂੰ ਪੁੱਛੋ ਵੀ ਕਦੇ ਤੁਹਾਨੂੰ ਪੈਸਾ ਮਿਲਿਆ ਸੀ, ਅਤੇ ਉਹ ਹੋਰ ਐਡਵਾਂਸ ਪੈਸੇ ਅੱਜ ਸਕੂਲਾਂ ਦੇ ਵਿੱਚ ਚੌਂਕੀਦਾਰ ਰੱਖੇ ਜਾ ਰਹੇ ਨੇ, ਸਕੂਲਾਂ ਦੇ ਵਿੱਚ ਮਤਲਬ ਕਿ ਸਾਰੀ ਸੁਵਿਧਾ ਦਿੱਤੀ ਜਾ ਰਹੀ ਆ,
ਅਤੇ ਮੇਰਾ ਖਿਆਲ ਵੀ 10 ਸਕੂਲ ਮਿਲ ਕੇ ਵਿਧਾਨ ਸਭਾ ਹਲਕਾ ਪੂਰੀ 10 ਸਕੂਲ ਆ, 10 ਸਕੂਲਾਂ ਦੇ ਵਿੱਚ ਕੰਮ ਚੱਲ ਰਿਹਾ। ਵਾਸ਼ਰੂਮ ਨਹੀਂ ਹੈ ਨਹੀਂ ਸੀਗੇ, ਵਾਸ਼ਰੂਮ ਵਧੀਆ ਬਣਾ ਰਹੇ ਹਾਂ, ਚਾਰ ਦੁਆਰੀ ਹੈ ਨਹੀਂ, 4 ਦੁਆਰੀਆਂ ਬਣ ਰਹੀਆਂ ਨੇ, ਅਤੇ ਰੂਮ ਜਿੱਥੇ ਨਹੀਂ ਸੀ ਰੂਮ ਬਣ ਰਹੇ ਨੇ। ਔਰ ਕਹਿਣ ਦਾ ਮਤਲਬ ਲੋਕਾਂ ਦੇ ਟੈਕਸਾਂ ਦੇ ਪੈਸੇ, ਇੰਨਾ ਕੁ ਟੈਕਸ ਆ ਨਾ ਪੰਜਾਬ ਦੇ ਵਿੱਚ, ਮਤਲਬ ਕਿ ਇੰਨੀ ਕੁ ਰੈਵਨਿਊ ਆ, ਜੇ ਇਮਾਨਦਾਰੀ ਨਾਲ ਇਮਾਨਦਾਰ ਸਰਕਾਰ ਲਾਇਆ ਜਾਵੇ ਤਾਂ 100% ਮਤਲਬ ਕਿ ਮੇਨਟੇਨੈਂਸ ਸੀਗੀ, ਅਤੇ ਉਹ ਹੋਰ ਸਾਰੇ ਦੇ ਸਾਰੇ ਆਪਾਂ ਸਰਕਾਰੀ ਸਕੂਲਾਂ 'ਚ ਬੱਚੇ ਨੂੰ ਪੜ੍ਹਾ ਸਕਦੇ ਹਾਂ। ਗਰਵਾਲ ਸਾਹਿਬ, ਪਹਿਲਾਂ ਲੋਕ ਪੇਰੈਂਟਸ ਜਿਹੜੇ ਮਜਬੂਰ ਹੁੰਦੇ ਸੀ ਬੱਚਿਆਂ ਨੂੰ, ਕਿਉਂਕਿ ਸਿੱਖਿਆ ਹਰ ਇੱਕ ਬੰਦਾ ਸੋਚਦਾ ਕਿ ਮੇਰਾ ਬੱਚਾ ਵਧੀਆ ਸਿੱਖਿਆ ਜਿਹੜੀ ਕਿ ਪ੍ਰਾਪਤ ਕਰੇ ਤਾਂ ਜੋ ਵੱਡਾ ਹੋ ਕੇ ਕੋਈ ਡਾਕਟਰ ਜਾ ਕੇ ਅਫਸਰ ਬਣ ਸਕੇ। ਲੋਕਾਂ ਦੀ ਮਜਬੂਰੀ ਕਹਿ ਲਈਏ, ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਣਾ, ਮੋਟੀਆਂ ਫੀਸਾਂ ਲਈ ਜਾਂਦੇ, ਲੱਗਦਾ ਕਿ ਹੁਣ ਲੋਕ ਆਪਣੀ ਖੁਸ਼ੀ ਦੇ ਨਾਲ ਬੱਚੇ ਦੁਬਾਰਾ ਸਰਕਾਰੀ ਸਕੂਲ ਦੇ ਵਿੱਚ ਐਡਮਿਸ਼ਨਾਂ ਕਰਾਉਣ ਦੇ ਲਈ ਲਾਈਨਾਂ 'ਚ ਲੱਗੇ ਜਿਸ ਤਰ੍ਹਾਂ ਪ੍ਰਾਈਵੇਟ 'ਚ ਲੱਗੇ ਨਜ਼ਰ ਆਉਂਦੇ ਸੀ। ਤੁਸੀਂ ਦੇਖਿਆ ਹੋਣਾ ਸਕੂਲ ਆਫ ਫੈਮਿਨਿਸ ਦਾ ਟੈਸਟ ਹੋਇਆ ਅਤੇ 1,00,000 ਬੱਚੇ ਨੇ ਟੈਸਟ ਦਿੱਤਾ, ਅਤੇ ਜਿਹਦੇ 'ਚ 8,200 ਬੱਚੇ ਰੱਖਣੇ ਸੀਗੇ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਹਰ ਘਰ ਦਾ ਜਿਹੜਾ ਬਜਟ ਆ ਨਾ, ਮਤਲਬ ਕਿ ਹੈਲਥ ਔਰ ਐਜੂਕੇਸ਼ਨ ਵਾਸਤੇ 70% ਤੋਂ 80% ਮਤਲਬ ਕਿ ਬਜਟ, ਮਤਲਬ ਪੂਰਾ ਜਿਹੜਾ ਮਤਲਬ ਕਿ ਪਰਿਵਾਰ ਦਾ ਬਜਟ ਲੱਗ ਜਾਂਦਾ ਵਾ। ਅੱਜ ਸਕੂਲ ਵਧੀਆ ਬਣ ਕੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਮਿਲੂਗੀ, ਫ੍ਰੀ ਮਿਲੂਗੀ, ਕਿਉਂਕਿ ਪੂਰੇ ਕੈਨੇਡਾ, ਅਮੈਰੀਕਾ, ਇੰਗਲੈਂਡ, ਮਤਲਬ ਕਿ ਜਿੰਨੇ ਵੀ ਮਤਲਬ ਕਿ ਬਾਹਰਲੇ ਦੇਸ਼ ਨੇ, ਸਾਰੇ ਦੇਸ਼ਾਂ 'ਚ ਫ੍ਰੀ ਦਵਾਈ ਅਤੇ ਫ੍ਰੀ ਪੜ੍ਹਾਈ ਮਿਲਦੀ ਆ। ਅਤੇ ਉਹੀ ਮਤਲਬ ਕਿ ਜਿਹੜਾ ਸੋਚ ਸਾਡੇ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ, ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਦੀ ਆ, ਵੀ ਜਿਵੇਂ ਬਾਹਰ ਵਾਲੇ ਦੇਸ਼ ਮਤਲਬ ਕਿ ਦਵਾਈ ਪੜ੍ਹਾਈ ਦੇ ਸਕਦੇ ਆ ਫ੍ਰੀ, ਕਿ ਅਸੀਂ ਕਿਉਂ ਨਹੀਂ ਦੇ ਸਕਦੇ? ਅਸੀਂ ਵੀ ਲੋਕਾਂ ਦੇ ਟੈਕਸ ਤੋਂ ਦੇਣੇ, ਉਹ ਵੀ ਲੋਕਾਂ ਦੇ ਟੈਕਸ ਤੋਂ ਦਿੰਦੇ ਨੇ, ਕਿਉਂਕਿ ਇਹ ਇਮਾਨਦਾਰ ਕਹਿ ਸਕਦੇ ਵੀ ਇਮਾਨਦਾਰ ਅਤੇ ਕਰਮਸ਼ੀਲ ਮੁੱਖ ਮੰਤਰੀ ਨੇ ਸਾਹਿਬ ਭਗਵੰਤ ਸਿੰਘ ਮਾਨ ਜੀ, ਜੋ ਅੱਜ 2.5 ਸਾਲ 'ਚ ਇਤਿਹਾਸਿਕ ਕੰਮ ਹੋਏ ਨੇ ਪੰਜਾਬ ਦੇ ਵਿੱਚ, ਜਿਵੇਂ ਇਤਿਹਾਸਿਕ ਸਰਕਾਰ ਬਣਾਈ ਆ ਪੰਜਾਬੀਆਂ ਨੇ, ਮਤਲਬ ਕਿ 74 ਸਾਲ ਦੇ ਵਿੱਚ ਮਤਲਬ ਕਿ 92 ਸੀਟਾਂ ਅੱਜ ਤੱਕ ਕਿਸੇ ਪਾਰਟੀ ਨੂੰ ਮਿਲੀਆਂ, ਪਹਿਲੀ ਵਾਰੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦੇ ਕੇ, ਅਤੇ ਮੈਨੂੰ ਵੀ ਇੱਥੋਂ ਮਤਲਬ ਕਿ ਪੰਜਾਬ ਦੇ ਸਭ ਤੋਂ ਸ਼ਹਿਰੀ ਹਲਕੇ, ਟੋਟਲ ਸ਼ਹਿਰੀ ਹਲਕੇ 'ਚੋਂ ਸਭ ਤੋਂ ਵੱਧ ਲੀਡ ਦੇ ਕੇ ਜਿਤਾਇਆ। ਅਤੇ ਜਿਵੇਂ ਇਤਿਹਾਸਿਕ ਸਰਕਾਰ ਬਣਾਈ ਲੋਕਾਂ ਨੇ, ਉਸਵੇਂ ਇਤਿਹਾਸਿਕ ਕੰਮ ਕਰ ਰਹੇ ਜਮਾਤ ਸਾਹਿਬ। ਔਰ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਸਿਰਫ 2.5 ਸਾਲ ਹੋਏ ਨੇ, 3.25 ਸਾਲ ਬਾਕੀ ਵਾ, 3.25 ਸਾਲ ਦੇ ਵਿੱਚ ਪੂਰੀ ਨਹਾਰ ਬਦਲੀ ਜਾਊਗੀ। ਸਰਕਾਰੀ ਸਕੂਲਾਂ ਦੀ ਗੱਲ ਕਰਦੇ ਹਾਂ, ਸਰਕਾਰੀ ਹੋਸਪਿਟਲ ਦੀ ਗੱਲ ਕਰਦੇ ਹਾਂ, ਆਮ ਆਦਮੀ ਕਲੀਨਿਕ ਦੀ ਗੱਲ ਕਰਦੇ ਹਾਂ, ਦਵਾਈ, ਪੜ੍ਹਾਈ, ਰੁਜ਼ਗਾਰ, ਜਿਹੜਾ ਅੱਜ 42,000 2.5 ਸਾਲ 'ਚ 42,000 ਤੋਂ ਉੱਪਰ ਨੌਜਵਾਨਾਂ ਨੂੰ ਨੌਕਰੀ ਦਿੱਤੀ ਗਈ ਆ, 50,000 ਤੋਂ ਉੱਪਰ ਕੱਚੇ ਮੁਲਾਜ਼ਮ ਪੱਕੇ ਕੀਤੇ ਗਏ ਨੇ, ਪਿਛਲੇ 15 ਸਾਲ ਦਾ ਰਿਕਾਰਡ ਕੱਢ ਕੇ ਦੇਖ ਲਓ। ਅੱਜ ਗੱਲਾਂ ਕਰਦੇ ਨੇ ਵੀ ਅਸੀਂ ਆਹ ਕਰਤਾ, ਅਤੇ ਅੱਜ ਇਸ ਤੋਂ ਪਹਿਲਾਂ 2022 ਤੋਂ ਪਹਿਲਾਂ, ਅਤੇ ਇਹ ਇਸ ਤਰ੍ਹਾਂ ਇੱਕ ਵੀ ਸਕੂਲ ਦਾ ਦਿਓ, ਇਹੋ ਜਿਹੇ ਮਤਲਬ ਕਿ ਸਕੂਲ ਦੇ ਵਿੱਚ ਬੈਂਚ ਦਿਖਾ ਦਿਓ ਕਿਸੇ ਸਰਕਾਰੀ ਸਕੂਲ 'ਚ ਇਹੋ ਜਿਹੇ ਬੈਂਚ ਹੋਣ, ਤਾਂ ਅਸਤੀਫਾ ਦੇ ਦੂੰਗਾ ਮੈਂ 2022 ਤੋਂ ਪਹਿਲਾਂ। ਅੱਜ ਮਤਲਬ ਕਿ ਦੇਖੋ, ਮਤਲਬ ਕਿ ਟੌਪ ਕਲਾਸ ਮੁਕੇ ਜਿਹੜੇ ਬੈਂਚ ਨੇ, ਮਤਲਬ ਕਿ ਅਗਲਾ ਬੱਚਾ ਬੈਠ ਕੇ ਮਤਲਬ ਕਿ ਪ੍ਰਾਊਡ ਮੂਵ ਮਹਿਸੂਸ ਕਰਦਾ ਵਾ, ਮਾਣ ਮਹਿਸੂਸ ਕਰਦਾ ਵੀ ਮੈਂ ਜਿਹੜੇ ਬੈਂਚ 'ਤੇ ਬੈਠ ਕੇ ਪੜ੍ਹ ਰਿਹਾ, ਅਤੇ ਬੜਾ ਬਹੁਤ ਵਧੀਆ ਬੈਂਚ ਆ, ਅਤੇ ਪੱਖੇ ਲੱਗੇ, ਮਤਲਬ ਕਿ ਕਮਰੇ ਬਣੇ, ਰੂਮ ਬਣੇ ਨੇ, ਅਤੇ ਔਰ ਲੈਬਾਂ ਮਤਲਬ ਕਿ ਬਹੁਤ ਵਧੀਆ ਬਣੀਆਂ ਨੇ। ਇਸ ਕਰਕੇ ਲੋਕਾਂ ਦੀ ਜਿਹੜੀ ਸੋਚ ਸੀ ਅੱਜ ਉਹ ਪੂਰੀ ਹੋ ਰਹੀ ਆ, ਲੋਕਾਂ ਦੀ ਜਿਹੜੀ ਉਮੀਦ ਨਾਲ ਵੋਟ ਪਾਈ ਸੀ ਉਹ ਉਮੀਦ ਪੂਰੀ ਹੋ ਰਹੀ ਆ। ਜਗਰਵਾਲ ਸਾਹਿਬ, ਆਖਰੀ ਸਵਾਲ ਆ, ਬਹੁਤ ਸਾਰੇ ਮਾਪਿਆਂ ਦੇ ਵਿੱਚ ਇੱਕ ਸਵਾਲ ਹੈ ਵੀ ਹੁਣ ਸਕੂਲ ਆਫ ਫੈਮਿਨਿਸ ਦੇ ਵਿੱਚ ਬੱਚਿਆਂ ਦੀ ਐਡਮਿਸ਼ਨ ਕਿਸ ਤਰ੍ਹਾਂ ਕਰਾਈ ਜਾਵੇ, ਕੋਈ ਸਿਫਾਰਸ਼ੀ ਬੰਦਾ ਲੱਭੀਏ, ਕਿਸੇ MLA ਨੂੰ ਅਪਰੋਚ ਕਰੀਏ, ਜਾਂ ਫਿਰ ਬੱਚੇ ਆਪਦੀ ਕਾਬਲੀਅਤ ਦੇ ਤੌਰ 'ਤੇ ਇੱਥੇ ਐਡਮਿਸ਼ਨ ਲੈ ਪਾਣਗੇ? ਟੈਲੈਂਟ ਜਿਹੜਾ ਕਾਬਲ ਹੋਊਗਾ ਉਹ ਅੱਗੇ ਆਊਗਾ, ਅਤੇ ਜਦੋਂ ਆਪਾਂ ਮਤਲਬ ਕਿ ਕੋਈ ਸਿਫਾਰਸ਼ ਨਹੀਂ ਹੋਊਗੀ, ਫਿਰ ਹਰੇਕ ਬੰਦਾ ਮਤਲਬ ਕਿ ਬੜੇ ਧਿਆਨ ਨਾਲ ਪੜੂਗਾ, ਬੜੇ ਮਤਲਬ ਕਿ ਮਾਣਨਾ ਪੜੂਗਾ ਵੀ ਕਿਸੇ ਸਿਫਾਰਸ਼ ਨਹੀਂ ਚੱਲਣੀ, ਅਸੀਂ ਸਾਡੀ ਪੜ੍ਹਾਈ ਕੰਮ ਆ ਜਾਣੀ ਆ, ਅਸੀਂ ਪੜ੍ਹਾਂਗੇ ਅਤੇ ਸਾਡੀ ਮਿਹਨਤ ਕੰਮ ਆਊਗੀ। ਅੱਗੇ ਕੀ ਸੀਗਾ, ਜਿਹੜੇ ਮਿਹਨਤ ਕਰਦੇ ਸੀ ਲੋਕ ਉਹ ਵਿਚਾਰੇ ਰਹਿ ਜਾਂਦੇ ਸੀਗੇ, ਅਤੇ ਸਿਫਾਰਸ਼ ਹੀ ਅੱਗੇ ਆ ਜਾਂਦੇ ਸੀ। ਅੱਜ ਸਿਫਾਰਸ਼ ਖਤਮ ਹੋ ਗਈ ਆ, ਅਤੇ ਹਰ ਇੱਕ ਮਤਲਬ ਕਿ ਆਪਣੀ ਮਿਹਨਤ ਵੀ ਕਰੂਗਾ, ਉਹ ਮਿਹਨਤ ਨਾਲ ਅੱਗੇ ਆਊਗਾ, ਅਤੇ ਕਿਉਂਕਿ ਇਮਾਨਦਾਰ ਅਤੇ ਕਰਮਸ਼ੀਲ ਸਰਕਾਰ ਜਿਹੜੀ ਮੁੱਖ ਮੰਤਰੀ ਕਹਿੰਦੇ ਸਕਦੇ, ਇਹਦਾ ਮਕਸਦ ਇੱਕੋ ਹੀ ਆ ਵੀ ਜਿਹੜਾ ਛੋਟੇ ਤੋਂ ਛੋਟਾ ਜਿਹੜਾ ਮਤਲਬ ਕਿ ਕੋਈ ਸਿਫਾਰਸ਼ ਨਹੀਂ ਉਹ ਵੀ ਬਰਾਬਰ ਆਊਗਾ,
ਅਤੇ ਜਿਹਦੀ ਸਿਫਾਰਿਸ਼ ਆ ਮਤਲਬ ਕਿ ਉਹ ਵੀ ਬਰਾਬਰ ਆਊਗਾ ਅਤੇ ਇੱਕੋ ਬੈਂਚ 'ਤੇ ਬੈਠ ਕੇ ਸਾਰੇ ਮਿਲ ਕੇ ਪੜ੍ਹ ਸਕਣਗੇ। ਆਮ ਆਦਮੀ ਹਰੇਕ ਆਮ ਆਦਮੀ ਇੱਕ ਬਰਾਬਰ ਚੱਲੂਗਾ। ਧੰਨਵਾਦ। ਸੋ ਬਿਲਕੁਲ ਬਹੁਤ ਵਧੀਆ ਗੱਲ ਕਹੀ ਹੈ ਕਿ ਪਹਿਲਾਂ ਹੁੰਦਾ ਸੀ ਕਿ ਜਿਵੇਂ ਸਿਫਾਰਿਸ਼ ਤੌਰ 'ਤੇ ਐਡਮਿਸ਼ਨ ਹੁੰਦੀ ਸੀ ਤਾਂ ਹੁਣ ਵਿਧਾਇਕ ਗਰੇਵਾਲ ਦਾ ਇਹ ਕਹਿਣਾ ਕਿ ਬੱਚੇ ਹੁਣ ਪੜ੍ਹਾਈ ਦੇ ਵੱਲ ਧਿਆਨ ਦੇਣ, ਕਿਉਂਕਿ ਬੱਚਿਆਂ ਨੂੰ ਪਤਾ ਹੋਵੇਗਾ ਜੇਕਰ ਸਾਡੀ ਐਡਮਿਸ਼ਨ ਸਕੂਲ ਆਫ ਐਮੀਨੈਂਸ ਦੇ ਵਿੱਚ ਹੋਣੀ ਹੈ ਤਾਂ ਉਹ ਟੈਲੈਂਟ ਦੇ ਜ਼ਰੀਏ ਹੋਣੀ ਹੈ, ਜੋ ਸਾਡੇ 'ਚ ਕਾਬਲੀਅਤ ਆ ਉਹਦੇ ਸਿਰ 'ਤੇ ਹੋਣੀ ਹੈ। ਤਾਂ ਸਰਕਾਰੀ ਸਕੂਲਾਂ ਦੀ ਜਿਹੜੀ ਕਿ ਨੁਹਾਰ ਹੈ ਹੁਣ ਬਦਲਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਨੂੰ 117 ਸਕੂਲ ਆਫ ਐਮੀਨੈਂਸ ਜਿਹੜੇ ਦਿੱਤੇ ਜਾਣਗੇ, ਜਿਹਦੇ ਵਿੱਚੋਂ 14 ਲੋਕਾਂ ਨੂੰ ਜਿਹੜੇ ਕਿ ਬੱਚਿਆਂ ਨੂੰ ਸਮਰਪਿਤ ਨੇ ਉਹ ਕਰ ਦਿੱਤੇ ਗਏ ਨੇ। ਤਾਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਸਿੱਖਿਆ ਦੇ ਵਿੱਚ ਤਬਦੀਲੀ ਹੈ ਉਹ ਪਹਿਲ ਦੇ ਆਧਾਰ 'ਤੇ ਲਿਆਉਂਦੀ ਜਾਵੇਗੀ, ਤਾਂ ਹੁਣ ਜਿਹੜੀ ਸਿੱਖਿਆ ਕ੍ਰਾਂਤੀ ਹੈ ਜਾਂ ਤਬਦੀਲੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਕੈਮਰਾ ਪਰਸਨ ਬੋਬੀ ਦੇ ਨਾਲ ਹਿੰਮਤ ਸਿੰਘ ਦੀਪਾਲ, ਦੈਨਿਕ ਸਵੇਰਾ, ਲੁਧਿਆਣਾ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤਾਂਤਰਿਕ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾਂ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ 'ਚ ਸਮਾਧਾਨ। ਫ੍ਰੀ 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 ਆਰ ਕੇ ਤਾਂਤਰਿਕ। ਮੋਬਾਈਲ 9178555093, 7175, 9845, 7575। ਪਤਾ ਪੰਜਾਬ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।